ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 8ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਪਾਠ 10ਵਾਂ ਘਾਤ ਅੰਕ ਤੇ ਘਾਤ ਅਭਿਆਸ ਨੰਬਰ 10.2 ਤੇ ਇਸ ਅਭਿਆਸ ਦਾ ਅਸੀਂ ਸਵਾਲ ਨੰਬਰ ਚੌਥਾ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲ ਨੂੰ ਤਿੰਨੋਂ ਭਾਗਾਂ ਨੂੰ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਆਓ ਸ਼ੁਰੂ ਕਰੀਏ ਅੱਗੇ ਵਧਣ ਤੋਂ ਪਹਿਲੇ ਪਿਆਰੇ ਵਿਦਿਆਰਥੀ ਇੱਕ ਵਾਰ ਫਿਰ ਚੇਤਾ ਕਰਾ ਦੇਣਾ ਕਿ ਇਸੀ ਚੈਨਲ ਦੇ ਤੁਹਾਡੀਆਂ ਅਠਵੀਂ ਜਮਾਤੀਆਂ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਉਹ ਵੀ ਜ਼ਰੂਰ ਦੇਖੋ ਇਹ ਕਹਿ ਗਈ ਹੈ 8th ਮੈਥ ਨੋਟਸ ਦੂਜੀ 8th ਸਾਇੰਸ ਤੇਜੀ 8th ਇੰਗਲਿਸ਼ ਚੌਥੀ 8th ਗ੍ਰਾਮਰ ਪੰਜਵੀਂ ਗਣਿਤ ਦੇ ਸਿਧਾਂਤ ਤੇ ਫਿਰ ਕਹਿ ਗਈ ਹੈ ਮੈਥ ਸ਼ਾਰਟਕਟਸ ਐਂਡ ਟ੍ਰਿਕਸ ਠੀਕ ਹੈ ਸੋ ਦੇਖੀਏ ਬੱਚਾ ਚੌਥਾ ਸਵਾਲ ਕਹਿੰਦੇ ਇੱਥਾਂ ਦਿੱਤੀਆਂ ਦੀ ਤੁਲਨਾ ਕਰੋ ਬੱਚੇ ਤੁਲਨਾ ਕਰਨੀ ਆਮ ਵਿਗਿਆਨ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਕਰਦੇ ਹਾਂ ਕਿ ਇੱਕ ਚੀਜ਼ ਦੀ ਦੂਜੀ ਚੀਜ਼ ਨਾਲ ਤੁਲਨਾ ਕਰਨੀ ਉਹ ਤੋਂ ਕਿੰਨੀ ਵੱਡੀ ਹੈ ਕਿੰਨੀ ਭਾਰੀ ਹੈ ਕਿੰਨੀ ਹਲਕੀ ਏ ਕਿੰਨੀ ਮੋਟੀ ਏ ਕਿੰਨੀ ਚੌੜੀ ਏ ਇਸ ਤਰ੍ਹਾਂ ਦੀ ਅਸੀਂ ਤੁਲਨਾ ਕਰਦੇ ਹਾਂ ਖਾਸ ਤੌਰ ਤੇ ਜਿਹੜੀਆਂ ਆਮ ਸਧਾਰਨ ਅਸੀਂ ਚੀਜ਼ਾਂ ਦੇਖਦੇ ਹਾਂ ਉਹਦਾ ਤੇ ਅਸੀਂ ਬੜਾ ਸੌਖਾ ਕਹਿ ਸਕਦੇ ਹਾਂ ਕਿ ਇਹ ਫਲਾਨੀ ਬੋਰੀ ਜਿਹੜੀ ਹੈਗੀ ਏ ਇਹ ਛੋਲੇ ਤੋਂ 10 ਗੁਣਾ ਵੱਡੀ ਹੈ ਜੇ ਛੋਲੇ 'ਚ 10 ਕਿਲੋ ਹੈਗਾ ਤੇ ਉਹ 'ਚ 100 ਕਿਲੋ ਦੀ ਬੋਰੀ ਤੁਸੀਂ ਕਹਿੰਦੇ ਬੋਰੀ ਜਿਹੜੀ ਏ 100 ਵਟਾ 10 ਤੇ 10 ਆ ਗਿਆ ਤੇ ਅਸੀਂ ਕਹਿੰਦੇ ਬੋਰੀ 10 ਗੁਣਾ ਜ਼ਿਆਦਾ ਭਾਰੀ ਏ ਪਰ ਜਦੋਂ ਬੱਚੋ ਇਦਾਂ ਦੀਆਂ ਸੰਖਿਆਵਾਂ ਹੋਣ ਛੋਟੀਆਂ-ਛੋਟੀਆਂ ਇੱਕ ਤੋਂ ਘੱਟ ਇਹ ਵੱਡੀਆਂ-ਵੱਡੀਆਂ ਫਿਰ ਓਕੇ ਵਾਰ ਤੁਲਨਾ ਜਵਾਨੀ ਕਰਨੀ ਔਖੀ ਹੋ ਜਾਂਦੀ ਹੈ ਸੋ ਅਸੀਂ ਇਹ ਦੇਖੀਏ ਕਿ ਵੀ ਅਸੀਂ ਕਿੱਦਾਂ ਤੁਲਨਾ ਕਰਨੀ ਹੈ ਹੁਣ ਇਹ ਪੌਦੇ ਦਾ ਸੈੱਲ ਦਾ ਆਕਾਰ ਦਿੱਤਾ ਹੋਇਆ ਬੱਚਿਓ ਇੰਨਾ ਠੀਕ ਹੈ ਕੰਪਿਊਟਰ ਚਿਪ ਦੀ ਤਾਰ ਦਾ ਵਿਆਸ ਇੰਨਾ ਛੋਟਾ ਦਿੱਤਾ ਹੋਇਆ ਤੇ ਕਾਗਜ਼ ਦੇ ਟੁਕੜੇ ਦੀ ਮੋਟਾਈ ਦਿੱਤੀ ਹੋਈ ਹੈ ਸੋ ਪਹਿਲੇ ਭਾਗ ਵਿੱਚ ਕਹਿੰਦੇ ਕਿ ਨੇ ਪੌਦਾ ਸੈੱਲ ਦੇ ਆਕਾਰ ਦੀ ਕਾਗਜ਼ ਦੇ ਟੁਕੜੇ ਦੀ ਮੋਟਾਈ ਦੇ ਨਾਲ ਤੁਲਨਾ ਕਰੋ ਸੋ ਬੱਚਿਓ ਇਹਦੇ ਵਿੱਚ ਕੀ ਕਰਨਾ ਜਿਹੜੀ ਜਿਹਲੇ ਤੁਲਨਾ ਦਾ ਦਿੱਤੀ ਹੋਵੇ ਕਥਨ ਦਿੱਤਾ ਹੋਵੇ ਤੇ ਜਿਹੜੀ ਚੀਜ਼ ਪਹਿਲਾਂ ਲਿਖੀ ਹੈ ਉਹਨੂੰ ਇਦਾਂ ਭਿੰਨ ਦੇ ਰੂਪ ਵਿੱਚ ਲਿਖ ਲੈਣਾ ਹੈ ਉੱਪਰ ਅੰਸ਼ ਦੇ ਵਿੱਚ ਜਿਹੜੀ ਦੂਜੀ ਚੀਜ਼ ਲਿਖੀ ਹੈ ਅੰਸ਼ ਪਹਿਲਾ ਹੈਗਾ ਪੌਦਾ ਦੂਜਾ ਹੈਗਾ ਕਾਗਜ਼ ਦੇ ਟੁਕੜੇ ਦੀ ਮੋਟਾਈ ਉਹਨੂੰ ਹਰ ਦੇ ਵਿੱਚ ਲਿਖ ਲੈਣਾ ਹੈ ਕਾਗਜ਼ ਦੇ ਟੁਕੜੇ ਦੀ ਮੋਟਾਈ ਸੋ ਪਹਿਲਾਂ ਤੇ ਇਦਾਂ ਕਰਕੇ ਲਿਖ ਲੈਣਾ ਹੈ ਭਿੰਨ ਦੇ ਰੂਪ ਵਿੱਚ ਫਿਰ ਬਰਾਬਰ ਕਰਕੇ ਜੋ ਜੋ ਉਹਨਾਂ ਦੇ ਇਹ ਆਪਣੀ ਮਾਪ ਦਿੱਤੇ ਹੋਏ ਨੇ ਉਹ ਲਿਖ ਲੈਣੇ ਨੇ ਸੋ ਇਹਦਾ ਲਿਖ ਲਿਆ ਪੌਦਾ ਸੈੱਲ ਦਾ ਘਾੜ ਲਿਖ ਲਿਆ ਤੇ ਕਾਗਜ਼ ਦੇ ਟੁਕੜੇ ਦੀ ਮੋਟਾਈ ਲਿਖ ਦਿੱਤੀ ਠੀਕ ਹੈ ਐਵੀ ਮੀਟਰ ਤੇ ਐਵੀ ਮੀਟਰ ਇਕਾਈਆਂ ਇੱਕੋ ਜਿਹੀ ਹੋਣੀਆਂ ਚਾਹੀਦੀਆਂ ਇਹਨਾਂ ਨੇ ਇਕਾਈਆਂ ਇੱਕੋ ਜਿਹੀ ਦਿੱਤੀਆਂ ਜੇ ਇਕ ਇੱਥੇ ਕੋਈ ਨਹੀਂ ਆ ਗਿਆ ਤੇ ਇਕਾਈਆਂ ਨੂੰ ਬਰਾਬਰ ਕਰਨਾ ਪਏਗਾ ਸੋ ਬੱਚਿਓ ਇਹਨੂੰ ਇੱਦਾਂ ਐਮ ਤੇ ਐਮ ਮੀਟਰ ਮੀਟਰ ਕੱਟ ਗਏ ਠੀਕ ਹੈ ਹੁਣ ਅਸੀਂ ਕੀ ਕੀਤਾ ਇਹਨੂੰ ਇਹਨੂੰ ਦੇਖੋ ਇੱਦਾਂ ਗਿਣਿਆ 1 2 3 4 5 ਠੀਕ ਹੈ ਇੱਥੇ 5 ਤੱਕ ਜਾਂਦਾ ਸੋ 1.2 10 ਦੀ ਘਾਤ ਕਟਾ 5 ਠੀਕ ਹੈ ਇੱਥੇ ਲਿਖ ਲਿਆ ਫਿਰ 1 2 3 4 5 1.6 ਫਿਰ 10 ਦੀ ਘਾਤ ਕਟਾ 5 ਹੁਣ 10 ਦੀ ਘਾਤ ਕਟਾ 10 ਦੀ ਘਾਤ ਕਟਾ 5 ਆ ਵੀ ਕੱਟਿਆ ਗਿਆ ਜਾਦਿਕਾ 1.5 ਐਵੀ ਕੱਟਿਆ ਗਿਆ ਹੁਣੇ ਬੱਚੋ 1.2 ਇਹਦੇ 1.6 ਵੇ ਸੋ ਦਸ਼ਮਲਵ ਤੋਂ ਬਾਅਦ ਇੱਕ ਅੰਕ ਹੈਗਾ ਇੱਥੇ ਵੀ ਦਸ਼ਮਲਵ ਤੋਂ ਬਾਅਦ ਇੱਕ ਅੰਕ ਹੈਗਾ ਸੋ 1.2 ਤੇ ਵਟਾ 1.6 ਦੇ ਬਰਾਬਰ ਹੈਗਾ 12 ਵਟਾ 16 ਦੇ ਬਰਾਬਰ ਹੋ ਗਿਆ ਸੋ 4 3 12 4 4 16 3/4 ਆ ਗਿਆ ਸੋ ਇਹ ਸਾਡਾ ਜਵਾਬ ਆ ਗਿਆ ਕਿ ਪੌਦਾ ਸੈੱਲ ਤੇ ਜਿਹੜਾ ਉੱਪਰ ਲਿਆ ਇਹਦੀ ਅਸੀਂ ਤੁਲਨਾ ਕਰਨੀ ਹੈ ਨਾ ਸੋ ਪੌਦਾ ਸੈੱਲ ਦਾ ਆਕਾਰ ਇਹ ਜੇ ਮੈਂ ਇਹਨੂੰ ਤਿਰਛਾ ਗੁਣਨਫਲ ਕਰਾਂ ਤੇ ਕਾਗਜ਼ ਦੇ ਟੁਕੜੀ ਦੀ ਮੋਟਾਈ ਉਗਣਾ ਕਰਕੇ ਇੱਥੇ ਆ ਜਾਏਗੀ ਸੋ ਇਹਦਾ ਮਤਲਬ ਹੈ ਹੋਇਆ ਸੋ ਪੌਦਾ ਸੈੱਲ ਦਾ ਆਕਾਰ ਕਾਗਜ਼ ਦੇ ਟੁਕੜੇ ਦੀ ਮੋਟਾਈ ਦਾ ਤਕਰੀਬਨ ਇੱਥੇ ਮੋਟਾਈ ਦਾ ਤਕਰੀਬਨ 3/4 ਗੁਣਾ ਇੱਥੇ ਦਾ ਆਣਾ ਚਾਹੀਦਾ ਦਾ ਠੀਕ ਹੈ ਇਹਦੇ ਵਿੱਚ ਇਹ ਦੱਦਾ ਇਹਨੂੰ ਕਰਨਾ ਰਹਿ ਗਿਆ ਇੱਥੇ ਸੋ ਪੌਦਾ ਸੈੱਲ ਦਾ ਆਕਾਰ ਕਾਗਜ਼ ਦੇ ਟੁਕੜੇ ਦੀ ਮੋਟਾਈ ਦਾ ਤਕਰੀਬਨ 3/4 ਗੁਣਾ ਹੈ ਇਦਾਂ ਤੋਂ ਨਾ ਹੋ ਜਾਂਦੀ ਹੈ ਠੀਕ ਹੈ ਅੱਗੇ ਚੱਲੀਏ ਹੁਣ ਦੂਜਾ ਬੱਚਿਓ ਉਹੀ ਚੀਜ਼ਾਂ ਲਿਖੀ ਹੋਈਆਂ ਪੌਦਾ ਸਿਲ ਦੇ ਆਕਾਰ ਦੀ ਕੰਪਿਊਟਰ ਚਿਪ ਦੀ ਤਾਰ ਦੇ ਵਿਆਸ ਦੇ ਨਾਲ ਤੁਲਨਾ ਕਰਨੀ ਹੈ ਸੋ ਇੱਦੀ ਕਰਾਂਗੇ ਪੌਦਾ ਸਿਲ ਦਾ ਆਕਾਰ ਲਿਖ ਲਿਆ ਹੁਣ ਥੱਲੇ ਕੰਪਿਊਟਰ ਚਿਪ ਦੀ ਤਾਰ ਦਾ ਵਿਆਸ ਲਿਖ ਲਿਆ ਸੋ ਇਹ ਬੱਚਾ ਹੈਗਾ ਇਹਦਾ ਪੌਦਾ ਸਿਲ ਦਾ ਆਕਾਰ ਤੇ ਇੱਥੇ ਹੁਣ ਕੰਪਿਊਟਰ ਦੀ ਚਿਪ ਜਿਹੜੀ ਲਿਖਣੀ ਹੈ ਸੋ 1 2 3 4 5 ਤੇ ਹੁਣ 6 ਤੱਕ ਲੈ ਲੈਣੇ ਆ ਕਿਉਂ ਕਿ ਇੱਥੇ 6 ਤੱਕ ਜਾ ਰਿਹਾ ਹੈ 1 2 3 4 5 6 ਤੱਕ ਜਾ ਰਿਹਾ ਨਾ ਸੋ 3 ਗੁਣਾ 10 ਦੀ ਘਾਤ 6 ਤੈਨੂੰ ਇਹ ਬੱਚੋ ਕੀ ਕੀਤਾ ਇਹਨੂੰ ਮੈਂ 1.2 ਲਿਖਣ ਦੀ بجائے 12 ਲਿਖ ਲਿਆ ਕਿਉਂਕਿ ਮੈਂ ਚਾਹਨਾ ਇੱਥੇ 10 ਪੁਆਇੰਟ ਇੱਥੇ ਕਿਉਂਕਿ ਥੱਲੇ ਜਿਹੜਾ ਹੈ 10 ਦੀ ਘਾਤ 6 ਆ ਰਿਹਾ ਹੈ ਉੱਤੇ ਵੀ ਮੈਨੂੰ 10 ਦੀ ਘਾਤ 6 ਮਿਲ ਜਾਵੇ ਤੇ ਉਹਦਾ ਤਰੀਕਾ ਹੈ ਵੇ ਕਿ ਮੈਂ ਇਹਨੂੰ 6 ਤੱਕ ਗਿਣਾ 1 2 3 4 5 6 ਤੱਕ ਗਿਣਿਆ ਤੇ ਇੱਥੇ 12 ਬਣਦਾ ਸੋ 12 ਗੁਣਾ 10 ਦੀ ਘਾਤ 6 ਸੋ ਇਹ ਬੱਚਿਓ 10 ਦੀ ਘਾਤ ਕਟਾ 6 10 ਦੀ ਘਾਤ ਕਟਾ 6 ਇਹ ਵੀ ਕੱਟਿਆ ਗਿਆ ਸੋ 12 ਬੜਾ 3 ਨਾਲ 3 ਚੌਕ 12 ਇਹਦਾ ਤੇ ਜੀ ਕੰਪਿਊਟਰ ਚਿਪ ਵਿੱਚ ਤਿਰਛਾ ਗੁਣਨ ਫਰਕ ਲੈ ਜਾਂ ਤੇ ਗੁਣਾ ਇੱਥੇ ਆ ਜਾਏਗਾ ਸੋ ਪੌਦਾ ਸੈੱਲ ਦਾ ਆਕਾਰ ਕੰਪਿਊਟਰ ਚਿਪ ਦੀ ਤਾਰ ਦੇ ਵਿਆਸ ਦਾ ਤਕਰੀਬਨ 4 ਗੁਣਾ ਹੈ ਇਹਦਾ ਮਤਲਬ ਹੈ ਕਿ ਪੌਦਾ ਸੈੱਲ ਦਾ ਜਿਹੜਾ ਆਕਾਰ ਹੈਗਾ ਉਹ ਕੰਪਿਊਟਰ ਚਿਪ ਦੀ ਤਾਰ ਦੀ ਵਿਆਸ ਦਾ 4 ਗੁਣਾ ਜਿਆਦਾ ਵੱਡਾ ਹੈ ਉਹ ਤੇ 4 ਗੁਣਾ ਵੱਡਾ ਹੈ ਮੋਟਾ ਹੈ ਠੀਕ ਹੈ ਅੱਗੇ ਚਲੀਏ ਆਖਰੀ ਭਾਗ ਆ ਗਿਆ ਬੱਚਿਓ ਕਾਗਜ਼ ਦੇ ਟੁਕੜੇ ਦੀ ਮੋਟਾਈ ਦੀ ਕੰਪਿਊਟਰ ਚਿਪ ਦੀ ਤਾਰ ਦੇ ਵਿਆਸ ਦੇ ਨਾਲ ਹੁਣ ਕਾਗਜ਼ ਦੇ ਟੁਕੜੇ ਦੀ ਮੋਟਾਈ ਉੱਪਰ ਆ ਜਾਏਗੀ ਤੇ ਕੰਪਿਊਟਰ ਚਿਪ ਦੀ ਤਾਰ ਦਾ ਵਿਆਸ ਥੱਲੇ ਆ ਜਾਏਗਾ ਸੋ ਬੱਚਿਓ ਇਹ ਲਿਖ ਲਿਆ ਇਹਦਾ ਜੋ ਮੋਟਾਈ ਦਿੱਤੀ ਹੋਈ ਹੈ ਤੇ ਇਹਦਾ ਵਿਆਸ ਇੱਥੇ ਲਿਖ ਦਿਆ ਮੀਟਰ ਨਾਲ ਮੀਟਰ ਕੱਟ ਗਿਆ ਠੀਕ ਹੈ ਹੁਣ ਇਥੋਂ ਗਣੀਏ 1 2 3 4 5 6 16 ਤੱਕ ਜਾਂਦਾ ਸੋ 16 ਗੁਣਾ 10 ਦੀ ਕਾਹਾਟ ਕਟਾ 6 ਤੇ ਇਥੇ 1 2 3 4 5 6 3 3 ਗੁਣਾ 10 ਦੀ ਕਾਹਾਟ ਕਟਾ 6 ਸੋ ਇਹ ਬੱਚਿਓ ਕੱਟ ਗਿਆ ਇੱਕਟ ਗਿਆ ਸੋਇਆ ਗਿਆ 16/3 3 5 15 ਜਿਵੇਂ ਕਰਨਾ ਵੀ ਹੋਵੇ 3 5 15 5.3 ਆ ਜਾਏਗਾ ਠੀਕ ਹੈ ਨਾ 5.3 ਸੋ ਸਿੱਧਾ ਵੀ ਲਿਖ ਸਕਦੇ ਹਾਂ 16/3 ਵੀ ਲਿਖ ਸਕਦੇ ਹਾਂ ਤੇ 16/3 ਨੂੰ 3 5 15 ਫਿਰ ਇੱਕ ਥੱਲੇ ਆ ਜਾਏਗਾ ਦਸ਼ਮਲਵ ਲਵਾਉਗੇ 0 ਲਵਾਉਗੇ 10 ਆ ਜਾਏਗਾ 33 3 9 ਤੇ 3.33 5.33 ਵੀ ਆ ਜਾਏਗਾ ਨਹੀਂ ਤੇ 16.3 ਵੀ ਲਿਖ ਸਕਦੇ ਹਾਂ ਸਿੱਧਾ ਸੋ ਕਾਗਜ਼ ਦੇ ਟੁਕੜੇ ਦੀ ਮੋਟਾਈ ਕੰਪਿਊਟਰ ਚਿਪ ਦੀ ਤਾਰ ਦੇ ਵਿਆਸ ਦਾ ਤਕਰੀਬਨ 16/3 ਗੁਣਾ ਹੈ ਸੋ ਬੱਚਿਓ ਉਹੀ ਗੱਲ ਸੀ ਜਿਹੜੀ ਸੰਖਿਆਵਾਂ ਨੇ ਉਹਨੂੰ ਪਹਿਲੇ ਮਿਆਰੀ ਰੂਪ ਦੇ ਵਿੱਚ ਲਿਖਣਾ ਹੈ ਤਾਂ ਕਿ ਦਸ ਦੀ ਘਾਤ ਜੋ ਧਨਾਤਮਕ ਹੈ ਰਿਨਾਤਮਕ ਜੋ ਵੀ ਹੈਗਾ ਉਹ ਆਜਵੇ ਤੇ ਫਿਰ ਅਸੀਂ ਉਹਨੂੰ ਕੱਟੀਏ ਤੇ ਫਿਰ ਅਸੀਂ ਸਾਡੇ ਕੋਲ ਸਧਾਰਨ ਸੰਖਿਆਵਾਂ ਜਿਹੜੀ ਰਹਿ ਜਾਣਗੀਆਂ ਤੇ ਇਦਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਫਲਾਨੀ ਚੀਜ਼ ਫਲਾਨੇ ਤੋਂ ਇੰਨੇ ਗੁਣਾ ਮੋਟੀ ਹੈ ਇੰਨੇ ਗੁਣਾ ਭਾਰੀ ਹੈ ਇੰਨੇ ਗੁਣਾ ਛੋਟੀ ਹੈ ਇੰਨੇ ਗੁਣਾ ਹਲਕੀ ਹੈ ਸੋ ਇਸ ਢੰਗ ਦੇ ਨਾਲ ਬੱਚਿਓ ਅਸੀਂ ਦੋ ਚੀਜ਼ਾਂ ਦੀ ਤੁਲਨਾ ਕਰ ਸਕਦੇ ਹਾਂ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡਾ ਇਸ ਅਭਿਆਸ ਦਾ ਸਵਾਲ ਨੰਬਰ ਚੌਥਾ ਤੇ ਤੁਸੀਂ ਇਸੇ ਤਰ੍ਹਾਂ ਨੇਮ ਦੇ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੀ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ